ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਸਵਾਲ ਪੁੱਛੂਗਾ ਤੇ ਤੁਸੀਂ ਉਹਨਾਂ ਦੇ ਸਹੀ ਜਵਾਬ ਦੇਣੇ ਆ। ਠੀਕ ਆ, ਦੇਖਦੇ ਆ ਤੁਹਾਡਾ ਦਿਮਾਗ ਕਿੰਨੇ ਪਰਸੈਂਟ ਤੇਜ਼ ਚੱਲਦਾ ਵਾ, ਤੇ ਨਾਲੇ ਯਾਰ ਹਰ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ 10 ਸਕਿੰਟ ਮਿਲਣਗੇ। ਠੀਕ ਆ, ਤੁਸੀਂ ਜਲਦੀ ਜਲਦੀ ਕਮੈਂਟ ਕਰਕੇ ਆਂਸਰ ਦੇਣੇ ਆ। ਤਾਂ ਚਲੋ ਪਰ ਸ਼ੁਰੂ ਕਰਦੇ ਆ। ਪਹਿਲਾ ਸਵਾਲ, ਉਹ ਚੀਜ਼ ਦਾ ਨਾਮ ਦੱਸੋ ਜੋ ਤੁਹਾਨੂੰ ਦੇਣ ਤੋਂ ਪਹਿਲਾਂ ਤੁਹਾਡੀ ਲਈ ਜਾਂਦੀ ਆ। ਫੋਟੋਗ੍ਰਾਫਰ ਦੁਆਰਾ ਤੁਹਾਡੀ ਫੋਟੋ। ਦੂਜਾ ਸਵਾਲ, ਉਹ ਕਿਹੜੀ ਚੀਜ਼ ਆ ਜਿਹਦੇ 'ਚ ਫੁੱਲ, ਫਲ ਅਤੇ ਮਿਠਾਈ ਤਿੰਨਾਂ ਦੇ ਨਾਮ ਆਉਂਦੇ ਆ। ਗੁਲਾਬ ਜਾਮਣ। ਤੀਜਾ ਸਵਾਲ, ਉਹ ਕਿਹੜੀ ਚੀਜ਼ ਆ ਜੋ ਪਾਣੀ ਤੋਂ ਬਣੀ ਆ ਪਰ ਉਹਨੂੰ ਸੂਰਜ ਵੀ ਨਹੀਂ ਸੁਕਾ ਸਕਦਾ। ਪਸੀਨਾ। ਸਵਾਲ ਨੰਬਰ 4, ਦੱਸੋ ਵੀ ਦੋਸਤੋ, ਅਜਿਹੀ ਕਿਹੜੀ ਚੀਜ਼ ਆ ਜਿਹਨੂੰ ਤੋੜਨ ਲੱਗੇ ਆਵਾਜ਼ ਤੱਕ ਨਹੀਂ ਆਉਂਦੀ। ਵਿਸ਼ਵਾਸ। ਸਵਾਲ ਨੰਬਰ 5, ਅਜਿਹੀ ਕਿਹੜੀ ਚੀਜ਼ ਆ ਜੋ ਤੁਹਾਡੇ ਸੌਣ ਤੇ ਥੱਲੇ ਗਿਰ ਜਾਂਦੀ ਆ ਤੇ ਤੁਹਾਡੇ ਜਾਗਣ ਤੇ ਉੱਠ ਖੜਦੀ ਆ। ਤੁਹਾਡੀਆਂ ਪਲਕਾਂ। ਸਵਾਲ ਨੰਬਰ 6, ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਕਿਸ ਚੀਜ਼ ਦੀ ਹੁੰਦੀ ਆ? ਇੱਕ ਵਾਰੀ ਹੋਰ ਸੁਣੋ, ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਕਿਸ ਚੀਜ਼ ਦੀ ਹੁੰਦੀ ਆ? ਪ੍ਰਕਾਸ਼ ਦੀ। ਲਓ ਬਈ ਸਵਾਲ ਨੰਬਰ 7, ਸੂਰਜ ਦੀਆਂ ਕਿਰਨਾਂ ਨੂੰ ਸੂਰਜ ਤੋਂ ਧਰਤੀ ਤੱਕ ਆਉਣ ਲਈ ਕਿੰਨਾ ਸਮਾਂ ਲੱਗਦਾ? 8 ਮਿੰਟ, 20 ਸਕਿੰਟ। ਸਵਾਲ ਨੰਬਰ 8, ਕਿਸ ਸਵਾਲ ਦਾ ਜਵਾਬ ਹਰ ਵਕਤ ਬਦਲਦਾ ਰਹਿੰਦਾ ਹੈ? ਇੱਕ ਵਾਰੀ ਹੋਰ ਸੁਣੋ, ਕਿਸ ਸਵਾਲ ਦਾ ਜਵਾਬ ਹਰ ਵਕਤ ਬਦਲਦਾ ਰਹਿੰਦਾ ਹੈ? ਟਾਈਮ ਕੀ ਹੋਇਆ? ਸਵਾਲ ਨੰਬਰ 9, ਅਜਿਹੀ ਕਿਹੜੀ ਚੀਜ਼ ਆ ਜੋ ਪੂਰੇ ਸ਼ਹਿਰ 'ਚ ਘੁੰਮਦੀ ਆ ਪਰ ਮੰਦਰ ਜਾਂ ਗੁਰਦੁਆਰੇ ਜਾਣ ਤੋਂ ਡਰਦੀ ਆ?
ਚੱਪਲ। ਸਵਾਲ ਨੰਬਰ 10, ਦੱਸੋ ਵੀ ਦੋਸਤੋ ਸਾਡੇ ਸਰੀਰ ਦੇ ਕਿਹੜੇ ਭਾਗ ਵਿੱਚ ਕਦੇ ਪਸੀਨਾ ਨਹੀਂ ਆਉਂਦਾ? ਅੱਖ ਵਿੱਚ। ਦੋਸਤੋ ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਇੱਕ ਲਾਈਕ ਕਰ ਦਿਓ, ਠੀਕ ਆ। ਅਤੇ ਨਾਲੇ ਯਾਰ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲੇ ਬਟਨ ਨੂੰ ਨੱਪ ਲਿਓ, ਠੀਕ ਆ, ਕਿਉਂਕਿ ਜਿਹੜੀ ਵੀ ਵੀਡੀਓ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਹੀ ਦਿਖੂਗੀ ਫਿਰ। ਚੱਲ ਠੀਕ ਆ, ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ। ਚੰਗਾ, ਓਕੇ, ਬਾਏ।